ਸ੍ਰੀ ਅਕਾਲ ਕਿਵੇਂ ਹੋ ਜੀ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਠੀਕ ਹੈ ਜੀ ਲਓ ਜੀ ਅੱਜ ਕਰਾਉਂਦੇ ਆ ਤੁਹਾਨੂੰ ਹੋਮ ਟੂਰ ਮੈਂ ਕਿਹਾ ਚਲੋ ਅੱਜ ਕਰਾਈਏ ਆਹ ਨੇ ਆਪਣੇ ਘਰ ਦੀ ਐਂਟਰੀ ਹੋਈ ਆ ਇਹ ਸੀਗਾ ਜੀ ਆਪਣਾ ਮੇਨ ਗੇਟ ਤੇ ਮੇਨ ਗੇਟ ਦੇ ਅੰਦਰ ਵੜਦੇ ਹੀ ਰਾਈਟ ਹੈਂਡ ਨੇ ਆਪਣੇ ਬਾਥਰੂਮ ਤੇ ਉੱਥੇ ਮਸ਼ੀਨ ਆਪਣੇ ਫਰਸ਼ 'ਤੇ ਕੱਪੜੇ ਧੋਣ ਨੂੰ ਅਤੇ ਇੱਧਰ ਆ ਗਿਆ ਆਪਣਾ ਇੱਥੋਂ ਹੀ ਖੱਬੇ ਪਾਸੇ ਹੈਗਾ ਆਪਣਾ ਰੂਮ ਆ ਇੱਥੇ ਜਿਵੇਂ ਮੰਮੀ ਜੀ ਅਤੇ ਡੈਡੀ ਜੀ ਪੈਂਦੇ ਨੇ ਜੀ ਬਾਹਰ ਬਾਹਰ ਆਪਣੇ ਘਰ ਤੋਂ ਸਾਰਾ ਚਲੋ ਇਹ ਆਪਣਾ ਰੂਮ ਆ ਮੰਮੀ ਜੀ ਅਤੇ ਡੈਡੀ ਜੀ ਇੱਥੇ ਸੌਂਦੇ ਨੇ ਇਹ ਕਹਿੰਦੇ ਨੇ ਬਾਹਰ ਬਾਹਰ ਨਾਲੇ ਤਾਂ ਦੇਖੋ ਬਿਲਕ ਰਹਿੰਦੀ ਹੈ ਜੀ ਘਰ ਦੀ ਹੈ ਨਾ ਨਾਲੇ ਮੱਝਾਂ ਮੁੱਝਾਂ ਦਾ ਖੜਕਾ ਸੁਣਦਾ ਰਹਿੰਦਾ ਹੈ ਅਤੇ ਆਹ ਨੇ ਮੰਮੀ ਦੇ ਵਿਆਹ ਦੇ ਸੋਫੇ ਯੂਵੀ ਇਹ ਮੰਮੀ ਦੇ ਵਿਆਹ ਦੇ ਸੋਫੇ ਨੇ ਇਹਨਾਂ ਨੇ ਇੱਕ ਵਾਰ ਦੁਬਾਰਾ 'ਚ ਇਹਨਾਂ ਨੂੰ ਕਰਾ ਲਿਆ ਸੀਗਾ ਜੀ ਠੀਕ ਕਰਵਾ ਲਿਆ ਸੀਗਾ ਅਤੇ ਆਹ ਆਪਣੇ ਕੂਲਰੇ ਖੜ੍ਹੇ ਨੇ ਨਵੇਂ ਹੈ ਨਾ ਇਹ ਰੂਮ ਵੀ ਸਾਡਾ ਇੱਥੇ ਡੈਡੀ ਜੀ ਦੇ ਜ਼ਿਆਦਾਤਰ ਆੜੀ ਉੜੀਓ ਜਿਵੇਂ ਆੜੀ ਆਉਂਦੇ ਕੋਈ ਉੱਪਰ ਬੰਦਾ ਆਉਂਦਾ ਉਸ ਤਰ੍ਹਾਂ ਆਪਾਂ ਬੈਠਦੇ ਬਿਠਾ ਲੈਂਦੇ ਹਾਂ ਨਹੀਂ ਜ਼ਿਆਦਾਤਰ ਹੋਰ ਤਾਂ ਕੋਈ ਬਹਿੰਦਾ ਨਹੀਂ ਹੈਗਾ ਜੀ ਦਿਨ 'ਚ ਅਸੀਂ ਘੱਟੇ ਆਉਂਦੇ ਰਾਤ ਨੂੰ ਮੰਮੀ ਡੈਡੀ ਸੌਣ ਆਉਂਦੇ ਨੇ ਬਸ ਅਤੇ ਹੁਣ ਚੱਲਦੇ ਹਾਂ ਜੀ ਅੱਗੇ ਆਪਾਂ ਇੱਥੇ ਖੜੀ ਆਪਣੀ ਮਸ਼ੀਨਰੀ ਗੱਡੀ ਸਕੂਟਰ ਅਤੇ ਟਰੈਕਟਰ ਉੱਥੇ ਖੜੀਆਂ ਸਾਈਡ ਆਪਣੀਆਂ ਮੱਝਾਂ ਸਾਰੀਆਂ ਹੈ ਨਾ ਮੱਝਾਂ ਨੇ ਅਤੇ ਗਾਹਾਂ ਅੱਗੇ ਹੈਗਾ ਜੀ ਤੂੜੀ ਵਾਲਾ ਤੁਸੀਂ ਦੇਖਿਆ ਹੀ ਹੋਇਆ ਕਈ ਵੀਡੀਓ 'ਚ ਹੈ ਨਾ ਅੱਗੇ ਜਾ ਕੇ ਉੱਥੇ ਮੱਝਾਂ ਆਪਾਂ ਜਿਵੇਂ ਸਰਦੀਆਂ 'ਚ ਅੰਦਰ ਬੰਨ੍ਹਦੇ ਹਾਂ ਅਤੇ ਆਪਣੇ ਬਸ ਉੱਧਰ ਸਾਈਡ 'ਤੇ ਬੈਕ ਸਾਈਡ 'ਤੇ ਤੂੜੀ ਵਾਲਾ ਆਪਣੇ ਮੱਝਾਂ ਵਾਲਾ ਏ ਆਹ ਮਸ਼ੀਨਰੀ ਦਾ ਹੋ ਗਿਆ ਅਤੇ ਇੱਧਰ ਆ ਜੀ ਆਪਣਾ ਮੇਨ ਘਰ ਦੇਖੋ ਜੀ ਇੱਥੋਂ ਸਾਰਾ ਆਹ ਆਪਣਾ ਸਾਰਾ ਇੱਥੋਂ ਹੋ ਗਿਆ ਇਹ ਪਹਿਲਾਂ ਖੁੱਲ੍ਹਾ ਹੀ ਸੀਗਾ ਜੀ ਅਸੀਂ ਬਾਅਦ ਵਿੱਚ ਕਵਰ ਕਰਾਇਆ ਸੀਗਾ ਸਾਰਾ ਕਵਰ ਕਰਾ ਲਿਆ ਸੀਗਾ ਬਰਾਂਡਾ ਸ਼ੀਸ਼ੇ 'ਚ ਕਵਰ ਕਰਾਇਆ ਹਾਰਮੋਨੀਅਮ ਲੈ ਕੇ ਸ਼ੀਸ਼ੇ 'ਚ ਅਤੇ ਇੱਧਰ ਵੀ ਸਾਈਡ ਆ ਜੀ ਆਪਣਾ ਖਿੱਲਾ ਚੌਂਕਾ ਇੱਥੇ ਆਪਾਂ ਸਾਗ ਬਣਾਉਂਦੇ ਹਾਂ ਸਬਜ਼ੀਆਂ ਬਣਾਉਂਦੇ ਹਾਂ ਗਰਮੀ 'ਚ ਤਾਂ ਹੁਣ ਜੀ ਇੰਨਾ ਆਪਾਂ ਵਰਤਣਾ ਵੀ ਨਹੀਂ ਹੈਗਾ ਅਤੇ ਹੁਣ ਚੱਲਦੇ ਹਾਂ ਜੀ ਆਪਾਂ ਅੰਦਰ ਅਤੇ ਆ ਗਿਆ ਜੀ ਆਪਣਾ ਅੰਦਰ ਆ ਗਈ ਆਪਣੀ ਗੈਲਰੀ ਇੱਥੇ ਆਪਣੇ ਲਾਏ ਹੋਏ ਨੇ ਸੋਫੇ ਅਤੇ ਇੱਕ ਦੀਵਾਨ ਬੈਡ ਇਹਨੂੰ ਬਸ ਇੱਥੇ ਆਪਣੀ ਇੱਧਰ ਐਲਈਡੀ ਆ ਅਤੇ ਜ਼ਿਆਦਾਤਰ ਟਾਈਮ ਸਰ ਸਾਡਾ ਜੀ ਇੱਥੇ ਹੀ ਨਿਕਲਦਾ ਹੈ ਅਸੀਂ ਰੂਮ 'ਚ ਬਹੁਤ ਘੱਟ ਵੜਦੇ ਹਾਂ ਅਤੇ ਇੱਥੋਂ ਹੀ ਖੜ੍ਹ ਕੇ ਦੇਖੋ ਜੀ ਆਹ ਆਪਣੇ ਦੋ ਰੂਮ ਆ ਗਏ ਇੱਕ ਆਹ ਇੱਕ ਨਾਲ ਦੱਕਣ ਅਤੇ ਆਹ ਸਾਈਡ ਆ ਗਈ ਆਪਣੀ ਕਿਚਨ ਪਹਿਲਾਂ ਕਿਚਨ ਦੇ ਦਿਖਾਉਂਦੇ ਹਾਂ ਜਿਹੜਾ ਜੀ ਅਤੇ ਆ ਗਈ ਆਪਣੀ ਕਿਚਨ ਇਹਦੇ ਤੁਸੀਂ ਬਹੁਤ ਵਾਰ ਦੇਖ ਹੀ ਚੁੱਕੇ ਹੋ ਇਹ ਮੇਰੀ ਜਿੱਥੇ ਜ਼ਿਆਦਾਤਰ ਟਾਈਮ ਲੇਡੀਜ਼ ਅਤੇ ਇੱਥੇ ਔਰਤਾਂ ਦਾ ਜੀ ਇੱਥੇ ਉਹ ਨਿਕਲਦਾ ਹੈ ਨਾ ਮੈਕਸੀਮਮ ਕਿਚਨ ਦੇ ਵਿੱਚ ਹੀ ਆਪਾਂ ਨੂੰ ਗੁਜ਼ਾਰਨਾ ਪੈਂਦਾ ਹੈ ਜ਼ਿਆਦਾ ਟਾਈਮ ਅਤੇ ਬਹੁਤ ਸੋਹਣੀ ਮੈਨੂੰ ਆਪਣੀ ਕਿਚਨ ਬਹੁਤ ਸੋਹਣੀ ਲੱਗਦੀ ਹੈ ਜੀ ਹੈ ਨਾ ਵੱਡੀ ਵੀ ਆ ਖੁੱਲ੍ਹੀ ਵੀ ਆ ਹਵਾਦਾਰ ਵੀ ਆ ਅਤੇ ਸਮਾਨ ਦੀ ਸੈਟਿੰਗ ਵੀ ਐਨ ਆਪਣੇ ਮੁਤਾਬਕ ਮੇਰੀ ਕਰੀ ਹੋਈ ਆ ਜ਼ਿਆਦਾ ਫਾਲਤੂ ਸਮਾਨ ਭਰਿਆ ਨਹੀਂ ਹੋਇਆ ਜੀ ਅਤੇ ਹੁਣ ਲੈ ਕੇ ਚੱਲਦੀ ਹਾਂ ਤੁਹਾਨੂੰ ਬੈਡਰੂਮ 'ਚ ਮੇਰੇ 'ਚ ਅਤੇ ਆਹ ਹੈ ਮੇਰਾ ਬੈਡਰੂਮ ਜੀ ਉਹ ਵੀ ਤੁਸੀਂ ਬਹੁਤ ਵਾਰ ਦੇਖ ਹੀ ਚੁੱਕੇ ਹੋ ਪਰ ਇੱਕ ਫਰੈਂਡ ਦੀ ਮੇਰੀ ਦੀ ਹੈ ਨਾ ਬਹੁਤ ਵਾਰ ਉਹਨਾਂ ਨੇ ਕਮੈਂਟ ਕੀਤਾ ਵੀ ਹੋਮ ਟੂਰ ਦਵੋ ਦੀਦੀ ਇਸ ਕਰਕੇ ਮੈਂ ਤੁਹਾਨੂੰ ਦੇਣ ਲੱਗੀ ਹਾਂ ਜੀ ਇਹ ਆਪਣਾ ਬੈਡਰੂਮ ਅਤੇ ਇੱਧਰ ਆਪਣੇ ਏ ਸੀ ਦੋ ਲੱਗੇ ਹੋਏ ਨੇ ਹਜੇ ਇੱਕ ਲਾਉਣਾ ਹੈ ਜੀ ਹਜੇ ਇੱਕ ਬਸ ਲਾਇਆ ਹੀ ਨਹੀਂ ਹੈਗਾ ਜਿਹਨੇ ਲੈ ਕੇ ਜਾਣਾ ਸੀ ਉਹ ਕਹਿੰਦੇ ਹਜੇ ਹੋਰ ਥੋੜ੍ਹੀ ਗਰਮੀ ਹੋ ਜਾਵੇ ਫਿਰ ਲੈ ਕੇ ਜਾਵਾਂਗੇ ਅਤੇ ਇਹ ਆਪਣਾ ਬੈਡਰੂਮ ਜੀ ਜਿੱਥੇ ਮੈਂ ਵਿਆਹ ਕੇ ਪਹਿਲੀ ਵਾਰ ਆਈ ਸੀਗੀ ਘਰ ਇੱਥੇ ਦੇਖ ਲਓ ਮੈਂ ਆਪਣੀ ਜ਼ਿੰਦਗੀ ਦੇ 19 ਸਾਲ ਗੁਜ਼ਾਰਤੇ ਜੀ 20 ਸਾਲ ਲੱਗਿਆ ਹੋਇਆ ਹੈ ਨਾ ਮੇਰੇ ਵਿਆਹ ਨੂੰ ਸਿੰਪਲ ਜਿਹਾ ਬਸ ਜੀ ਸਿੰਪਲ ਅਤੇ ਸਾਦਾ ਜਿਹਾ ਬੈਡਰੂਮ ਆ ਬਹੁਤ ਸੋਹਣਾ ਮੈਨੂੰ ਲੱਗਦਾ ਬਸ ਅਤੇ ਆ ਗਏ ਇੱਧਰ ਆਪਣਾ ਰੂਮ ਅਤੇ ਇਹ ਹੀ ਆਪਣੇ ਨਾਲ ਦਾ ਰੂਮ ਆ ਹੈ ਨਾ ਇਹ ਰੂਮ ਦੇ ਵਿੱਚ ਆਪਣੇ ਬੈੱਡ ਲੱਗੇ ਹੋਏ ਨੇ ਪ੍ਰੈਸ ਵਾਲਾ ਟੇਬਲ ਆ ਅਤੇ ਆਹ ਅਲਮੀਰਾ ਏ ਅਤੇ ਉੱਥੇ ਆਪਣੇ ਜੋਤ ਨੂੰ ਲੱਕੜ ਆਪਾਂ ਜੋਤ ਲਾਉਂਦੇ ਹਾਂ
ਉੱਥੇ ਲੱਗੇ ਹੋਇਆ ਬਾਕੀ ਇੱਥੇ ਜ਼ਿਆਦਾਤਰ ਕੁਛ ਹੈ ਨਹੀਂ ਜੀ ਹੈ ਨਾ ਇੱਥੇ ਆਪਾਂ ਜੋਤ ਲਾਉਂਦੇ ਹਾਂ ਅਤੇ ਬਾਕੀ ਜ਼ਿਆਦਾਤਰ ਕੁਝ ਨਹੀਂ ਹੈਗਾ ਇੱਥੇ ਬਸ ਇੰਨਾ ਪਿਆ ਸਮਾਨ ਖਾਲੀ ਖਾਲੀ ਡਸਟਿੰਗ ਵਗੈਰਾ ਕਰਨ ਨੂੰ ਖਾਲੀ ਖਾਲੀ ਵਧੀਆ ਲੱਗਦਾ ਹੈ ਹੈ ਨਾ ਅਤੇ ਆਸਾਨੀ ਨਾਲ ਡਸਟਿੰਗ ਹੋ ਜਾਂਦੀ ਜਿੰਨਾ ਸਮਾਨ ਵੱਧ ਭਰੀ ਜਾਵਾਂਗੇ ਜੀ ਉੱਨਾ ਵੱਧ ਮੁਸ਼ਕਿਲ ਹੋ ਜਾਂਦਾ ਫਿਰ ਹੈ ਨਾ ਅਤੇ ਹੁਣ ਦਿਖਾਉਂਦੀ ਹਾਂ ਜੀ ਤੁਹਾਨੂੰ ਮੈਂ ਆਪਣਾ ਸਟੋਰ ਅਤੇ ਆਹ ਹੈ ਆਪਣਾ ਸਟੋਰ ਜੀ ਜੋ ਤੁਹਾਨੂੰ ਅੱਜ ਤੱਕ ਕਦੇ ਨਹੀਂ ਦਿਖਾਇਆ ਮੈਂ ਇੱਥੇ ਮੇਰੀ ਪੇਟੀ ਖੜੀ ਹੈ ਜੀ ਇੱਕ ਸਾਈਡ 'ਤੇ ਹੈ ਨਾ ਮੰਮੀ ਦੀ ਪੇਟੀ 'ਤੇ ਅਸੀਂ ਦੀਵਾਨ ਬੈੱਡ ਕਰਾ ਲਿਆ ਸੀਗਾ ਲੱਕੜ ਦੀ ਦਾ ਅਤੇ ਇੱਧਰ ਟਰੰਕ ਨੇ ਇਹ ਮੰਮੀ ਦੇ ਅਤੇ ਆਹ ਹੈ ਮੇਰੀ ਦਾਦੀ ਸੱਸ ਦਾ ਸੰਦੂਕ ਅੱਗੇ ਹੁੰਦੇ ਸੀ ਨਾ ਸੰਦੂਕ ਜੀ ਹੁਣ ਸੰਦੂਕ ਹੈ ਇਹ ਅਤੇ ਬਾਕੀ ਆਪਣੇ ਜਿਵੇਂ ਵਾਧੂ ਘਾਟੂ ਕੋਈ ਵੀ ਸਮਾਨ ਹੁੰਦਾ ਹੈ ਨਾ ਆਪਾਂ ਇੱਥੇ ਰੱਖ ਲੈਂਦੇ ਹਾਂ ਆਹ ਖੜੀ ਆ ਜਾਲੀ ਡੋਲੀ ਵੀ ਕਹਿ ਦਿੰਦੇ ਨੇ ਜੀ ਜਾਲੀ ਵੀ ਕਹਿੰਦੇ ਨੇ ਇਹਦੇ ਵਿੱਚ ਮੇਰੇ ਸੌਦੇ ਰੱਖੇ ਹੁੰਦੇ ਨੇ ਐਕਸਟਰਾ ਸਰਫ ਵਗੈਰਾ ਸਾਬਣ ਸਰਫ ਚੀਨੀ ਚਾਹ ਪੱਤੀ ਅਤੇ ਆਹ ਆਪਣੀ ਚੀਨੀ ਵਾਲੀ ਢੋਲੀ ਆ ਜੀ ਆਹ ਜੁੱਤੀਆਂ ਵਾਲਾ ਰੈਕ ਆ ਗਿਆ ਹੈ ਨਾ ਇੱਥੇ ਕੋਈ ਵੀ ਐਕਸਟਰਾ ਸਮਾਨ ਨਹੀਂ ਸਾਰਾ ਰੱਖਿਆ ਹੋਇਆ ਅਤੇ ਇੱਧਰ ਹੁਣ ਆਲੂ ਲਿਆਏ ਸੀ ਡੈਡੀ ਜੀ ਆਪਾਂ ਉਹ ਰੱਖ ਲਏ ਆਲੂ ਵੀ ਰੱਖੇ ਹੋਏ ਨੇ ਅਤੇ ਬਾਕੀ ਪਰਛੱਤੀ ਅਤੇ ਵਾਧੂ ਘਾਟੂ ਸਮਾਨ ਜੀ ਆਪਣਾ ਉੱਤੇ ਪਰਛੱਤੀ 'ਤੇ ਪਿਆ ਉੱਥੇ ਉਹ ਮੈਂ ਪਰਦਾ ਲਾਉਣਾ ਹੈ ਪਰਦਾ ਲਾ ਕੇ ਸੋਚਦੀ ਹਾਂ ਵੀ ਉਹਨੂੰ ਵੀ ਥੋੜ੍ਹਾ ਜਿਹਾ ਬਣਾ ਲਵਾਂ ਵਧੀਆ ਜਿਹਾ ਅਤੇ ਆਹ ਗੇਟ ਦੇ ਮੂਹਰੇ ਵੀ ਪਰਦਾ ਲਾਉਣ ਦੀ ਮੇਰੀ ਸਲਾਹ ਹੈ ਸਪਰਿੰਗ ਲਿਆਂਦਾ ਪਿਆ ਹੈ ਉਹ ਸਪਰਿੰਗ ਜਿਹਾ ਲਾ ਕੇ ਨਾ ਲੱਗ ਜਾਂਦਾ ਜਿਹੜਾ ਉਹਦੇ 'ਤੇ ਲਾ ਲੈਣਾ ਦੇਖਦੇ ਹਾਂ ਜੀ ਕਿੱਦਾਂ ਲੱਗਦਾ ਬਸ ਲਾਉਣ ਦੀ ਉਹ ਘੋਲ ਅਤੇ ਆਹ ਹੈ ਅਲਮਾਰੀ ਇਹਦੇ ਵਿੱਚ ਮੰਮੀ ਦੇ ਕੱਪੜੇ ਹੁੰਦੇ ਨੇ ਅਤੇ ਬਾਕੀ ਜੀ ਇਹੀ ਆਪਣਾ ਹੈ ਨਾ ਘਰ ਆ ਨਿੱਕਾ ਜਿਹਾ ਅਤੇ ਇਹ ਸੀਗਾ ਜੀ ਆਪਣੇ ਹੋਮ ਟੂਰ ਦੀ ਵੀਡੀਓ ਹੈ ਨਾ ਤੁਹਾਨੂੰ ਦਿਖਾਈ ਹੈ ਮੈਂ ਵੈਸੇ ਤਾਂ ਤੁਸੀਂ ਦੇਖੋ ਜੀ ਮੇਰੀ ਵੀਡੀਓ 'ਚ ਹੈ ਨਾ ਇੱਕ ਇੱਕ ਪਾਰਟ ਦੇਖਦੇ ਹੀ ਰਹਿੰਦੇ ਹੋ ਰੂਮ ਵਗੈਰਾ ਸਾਰੇ ਪਰ ਫਿਰ ਵੀ ਮੈਂ ਕਿਹਾ ਚਲੋ ਦਿਖਾ ਦਾਂ ਜੀ ਤੁਹਾਨੂੰ ਚੰਗੀ ਤਰ੍ਹਾਂ ਅਤੇ ਆਹ ਮੇਰੀ ਅੱਜ ਨਾ ਸਵੇਰੇ ਅੱਖ 'ਚ ਪੈ ਗਈ ਸਰਫ ਦਾ ਪੈਕਟ ਖੋਲਿਆ ਸੀ ਮੈਂ ਪਤਾ ਨਹੀਂ ਕੀ ਹੋ ਗਿਆ ਵਿੱਚ ਕੁਛ ਰੜਕੀ ਜਾਂਦਾ ਬਹੁਤ ਜ਼ਿਆਦਾ ਦੁਖਦੀ ਹੈ ਅਤੇ ਮੈਂ ਬਹੁਤ ਰੀਝ ਨਾਲ ਜੀ ਆਪਣਾ ਘਰ ਹੈ ਨਾ ਸਜਾਇਆ ਪਿਆਰ ਨਾਲ ਬਣਾਇਆ ਬਹੁਤ ਵਧੀਆ ਇੱਥੇ ਆ ਕੇ ਮੈਂ ਇੰਨਾ ਚਿਰ 19 ਸਾਲ ਜੀ ਮੇਰੇ ਵਿਆਹ ਨੂੰ ਹੋ ਗਏ 19 ਸਾਲ ਵਿੱਚ ਬਹੁਤ ਤਬਦੀਲੀਆਂ ਦੇਖੀਆਂ ਜੀ ਹੈ ਨਾ ਉਤਾਰ ਚੜ੍ਹਾਅ ਦੇਖਿਆ ਪਰ ਘਰ ਦੇਖੋ ਉਹੀ ਹੈ ਜੀ ਘਰ ਇਕੱਲਾ ਇੱਟਾਂ ਅਤੇ ਸਮਿੰਟ ਨਾਲ ਨਹੀਂ ਹੁੰਦਾ ਘਰ ਹੁੰਦਾ ਹੈ ਬੰਦਿਆਂ ਦੇ ਵਿੱਚ ਰਹਿਣ ਵਾਲਿਆਂ ਦਾ ਪਿਆਰ ਹੋਵੇ ਸਾਰਿਆਂ ਵਿੱਚ ਹੈ ਨਾ ਆਪਣੇ ਵਿੱਚ ਬਣਦੀ ਹੋਵੇ ਹੈ ਨਾ ਇੱਜ਼ਤ ਮਾਣ ਕਰੀਏ ਇੱਕ ਦੂਜੇ ਦਾ ਬੜਿਆਂ ਦੀ ਇੱਜ਼ਤ ਕਰੀਏ ਛੋਟਿਆਂ ਨੂੰ ਪਿਆਰ ਕਰੀਏ ਇਹੀ ਜੀ ਘਰ ਪਰਿਵਾਰ ਹੁੰਦਾ ਹੈ ਨਾ ਅਤੇ ਬਹੁਤ ਵਧੀਆ ਫੈਮਿਲੀ ਹੈ ਜੀ ਮੈਨੂੰ ਬਹੁਤ ਵਧੀਆ ਪਰਿਵਾਰ ਮਿਲਿਆ ਇੱਕ ਦੇਖੋ ਜੀ ਇਸ ਘਰ ਵਿੱਚ ਹੈ ਨਾ ਮੈਂ ਖੁਸ਼ੀ ਵੀ ਦੇਖੀ ਗਮ ਵੀ ਦੇਖੇ ਸਾਰਾ ਕੁਛ ਦੇਖਿਆ ਪਰ ਰਲ ਮਿਲ ਕੇ ਹੈ ਨਾ ਸਾਰਾ ਕੁਛ ਬੀਤ ਗਿਆ ਜੀ ਕਹਿੰਦੇ ਹੁੰਦੇ ਨੇ ਜੇ ਖੁਸ਼ੀ ਆਉਂਦੀ ਆ ਗਮ ਵੀ ਆਉਂਦਾ ਹੈ ਜੇ ਗਮ ਨੇ ਆਉਣਾ ਤਾਂ ਖੁਸ਼ੀ ਨੇ ਵੀ ਆਉਣਾ ਵਧੀਆ ਟਾਈਮ ਲੰਘ ਰਿਹਾ ਜੀ ਬਹੁਤ ਵਧੀਆ ਪਰਿਵਾਰ ਆ ਇਹ ਹੈ ਮੇਰਾ ਛੋਟਾ ਜਿਹਾ ਘਰ ਜੀ ਤੁਹਾਨੂੰ ਦਿਖਾਤਾ ਅਤੇ ਤੁਹਾਨੂੰ ਵੀਡੀਓ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰੋ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ 'ਚ ਓਕੇ ਜੀ ਬਾਏ ਟੇਕ ਕੇਅਰ